ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਸੰਤ ਯੋਹੰਨਾ ਦੀ ਅੰਜੀਲ ਉਹਦਾ 16 ਬਾਪ 23 ਤੋਂ ਲੈ ਕੇ 28 ਅੰਤ ਤੱਕ। ਸੋ ਜਿਸ ਤਰ੍ਹਾਂ ਅੱਜ ਦੇ ਵਚਨ ਵਿੱਚ ਪ੍ਰਭੂ ਯੇਸ਼ੂ ਮਸੀਹ ਸਾਨੂੰ ਦੱਸਦੇ ਹਨ ਕਿ ਮੈਂ ਤੁਹਾਨੂੰ ਸੱਚ ਕਹਿੰਦਾ, ਜੇਕਰ ਤੁਸੀਂ ਬਾਪ ਦੇ ਕੋਲੋਂ ਕੁਝ ਵੀ ਮੰਗੋਗੇ ਤਾਂ ਉਹ ਤੁਹਾਨੂੰ ਮੇਰੇ ਨਾਮ ਤੇ ਦੇਵੇਗਾ। ਸੋ ਪ੍ਰਭੂ ਯੇਸ਼ੂ ਮਸੀਹ ਵਿੱਚ ਸਾਰੇ ਹੀ ਭੈਣ ਭਰਾਵਾਂ ਨੂੰ ਯੇਸ਼ੂ ਮਸੀਹ ਦੀ, ਜਿਸ ਤਰ੍ਹਾਂ ਪ੍ਰਭੂ ਯੇਸ਼ੂ ਮਸੀਹ ਸਾਨੂੰ ਅੱਜ ਦੇ ਕਲਾਮ ਵਿੱਚ ਸ਼ੁਰੂ ਤੋਂ ਦੱਸਦੇ ਹਨ ਕਿ ਜੇਕਰ ਤੁਸੀਂ ਮੇਰੇ ਬਾਪ ਦੇ ਕੋਲੋਂ ਕੁਛ ਪਾਉਣਾ ਚਾਹੁੰਦੇ ਹੋ, ਜੇਕਰ ਕੁਛ ਅਸੀਂ ਹਾਸਲ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਪ੍ਰਭੂ ਯੇਸ਼ੂ ਮਸੀਹ ਦਾ ਨਾਮ ਲੈ ਕੇ ਉਸ ਪਿਤਾ ਦੇ ਕੋਲੋਂ ਮੰਗਣਾ ਪਵੇਗਾ। ਅਤੇ ਜੇਕਰ ਅਸੀਂ ਉਸ ਪਿਤਾ ਦੇ ਕੋਲੋਂ ਪ੍ਰਭੂ ਯੇਸ਼ੂ ਮਸੀਹ ਦਾ ਨਾਮ ਲੈ ਕੇ ਮੰਗਾਂਗੇ ਤਾਂ ਸਾਨੂੰ ਸਭ ਕੁਛ ਪ੍ਰਭੂ ਯੇਸ਼ੂ ਮਸੀਹ ਦੇਵੇਗਾ। ਅੱਜ ਜੇਕਰ ਅਸੀਂ ਇਸ ਸੰਸਾਰ ਦੇ ਵਿੱਚ ਦੇਖਦੇ ਹਾਂ ਕਿ ਅਸੀਂ ਪ੍ਰਭੂ ਯੇਸ਼ੂ ਮਸੀਹ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ ਅਤੇ ਸਾਨੂੰ ਇੱਕ ਦੋ ਦਿਨ ਸਾਨੂੰ ਸਾਡੀਆਂ ਜ਼ਰੂਰਤਾਂ ਨਹੀਂ ਪੂਰੀਆਂ ਹੁੰਦੀਆਂ ਤਾਂ ਅਸੀਂ ਉਸ ਖੁਦਾ ਦੇ ਨਾਲ ਨਾਰਾਜ਼ ਹੋ ਜਾਂਦੇ ਹਾਂ, ਉਸ ਖੁਦਾ ਦੇ ਨਾਲ ਗੁੱਸੇ ਹੋ ਜਾਂਦੇ ਹਾਂ। ਪਰ ਪ੍ਰਭੂ ਯੇਸ਼ੂ ਮਸੀਹ ਕਹਿੰਦਾ ਹੈ ਕਿ ਜੇਕਰ ਤੁਸੀਂ ਵਿਸ਼ਵਾਸ ਦੇ ਨਾਲ ਮੰਗੋਗੇ ਤਾਂ ਤੁਹਾਨੂੰ ਸਭ ਕੁਛ ਮਿਲੇਗਾ। ਅਤੇ ਅੱਗੇ ਵਚਨ ਵਿੱਚ ਪ੍ਰਭੂ ਯੇਸ਼ੂ ਮਸੀਹ ਦੱਸਦੇ ਹਨ ਕਿ ਮੰਗੋ ਅਤੇ ਤੁਹਾਨੂੰ ਮਿਲੇਗਾ ਤਾਂ ਜੋ ਤੁਹਾਡੀ ਖੁਸ਼ੀ ਪੂਰੀ ਹੋ ਜਾਵੇ। ਪ੍ਰਭੂ ਯੇਸ਼ੂ ਮਸੀਹ ਸਾਨੂੰ ਚਾਹੁੰਦਾ ਹੈ, ਪ੍ਰਭੂ ਯੇਸ਼ੂ ਮਸੀਹ ਚਾਹੁੰਦਾ ਹੈ ਕਿ ਸਾਡੀ ਖੁਸ਼ੀ ਪੂਰੀ ਹੋ ਜਾਵੇ। ਪ੍ਰਭੂ ਯੇਸ਼ੂ ਮਸੀਹ ਸਾਨੂੰ ਨਾਰਾਜ਼ ਕਰਨਾ ਨਹੀਂ ਚਾਹੁੰਦਾ। ਪ੍ਰਭੂ ਯੇਸ਼ੂ ਮਸੀਹ ਚਾਹੁੰਦਾ ਕਿ ਸਾਡੇ ਮੇਰੇ ਬੱਚੇ ਹਮੇਸ਼ਾ ਖੁਸ਼ ਰਹਿਣ, ਉਹਨਾਂ ਦੀ ਖੁਸ਼ੀ ਹਮੇਸ਼ਾ ਸੰਪੂਰਨ ਹੋਵੇ। ਪਰ ਅਸੀਂ ਖੁਦਾ ਦੇ ਕੋਲੋਂ ਨਿਹਚਾ ਦੇ ਨਾਲ, ਵਿਸ਼ਵਾਸ ਦੇ ਨਾਲ ਮੰਗਦੇ ਨਹੀਂ ਹਾਂ। ਅਤੇ ਅੱਗੇ ਵਚਨ ਵਿੱਚ ਪ੍ਰਭੂ ਯੇਸ਼ੂ ਮਸੀਹ ਦੱਸਦੇ ਹਨ ਕਿ ਉਸ ਦਿਨ ਤੁਸੀਂ ਮੇਰਾ ਨਾਂ ਲੈ ਕੇ ਮੰਗੋਗੇ ਅਤੇ ਤੁਹਾਨੂੰ ਨਹੀਂ ਮੈਂ ਕਹਿੰਦਾ ਹਾਂ ਕਿ ਮੈਂ ਤੁਹਾਡੇ ਲਈ ਬਾਪ ਅੱਗੇ ਬੇਨਤੀ ਕਰਾਂਗਾ, ਕਿਉਂਕਿ ਬਾਪ ਆਪ ਤੁਹਾਨੂੰ ਪਿਆਰ ਕਰਦਾ ਹੈ। ਪ੍ਰਭੂ ਯੇਸ਼ੂ ਮਸੀਹ ਕਹਿੰਦੇ ਹਨ ਕਿ ਬਾਪ ਤੁਹਾਨੂੰ ਪਿਆਰ ਕਰਦਾ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪ੍ਰਭੂ ਯੇਸ਼ੂ ਮਸੀਹ ਉਹ ਪਿਤਾ, ਉਸ ਵਰਗੀ ਬਾਪ ਸਾਨੂੰ ਪਿਆਰ ਕਰਦਾ ਹੈ। ਜਿਸ ਤਰ੍ਹਾਂ ਵਚਨ ਵਿੱਚ ਲਿਖਿਆ ਸੰਤ ਯੋਹੰਨਾ ਦੀ ਅੰਜੀਲ ਦਾ 3 ਬਾਪ ਦੀ 16 ਐਤ ਵਿੱਚ ਲਿਖਿਆ ਵਾ ਕਿ ਖੁਦਾ ਨੇ ਸੰਸਾਰ ਦੇ ਨਾਲ ਇੰਨਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਸਾਡੇ ਲਈ ਸੌਂਪ ਦਿੱਤਾ ਵਾ। ਅਤੇ ਉਸ ਪਿਆਰ ਤੋਂ ਪ੍ਰਭੂ ਯੇਸ਼ੂ ਮਸੀਹ ਸਾਨੂੰ ਅੱਜ ਦੇ ਵਚਨ ਦੇ ਵਿੱਚ ਦੁਬਾਰਾ ਯਾਦ ਕਰਾਉਂਦਾ ਪਿਆ ਵਾ ਕਿ ਉਹ ਪਿਤਾ ਤੁਹਾਨੂੰ ਪਿਆਰ ਕਰਦਾ ਵਾ। ਇਸ ਕਰਕੇ ਤੁਸੀਂ ਉਸ ਪਿਤਾ ਦੇ ਕੋਲੋਂ ਉਸ ਪਿਆਰ ਦੀ ਖਾਤਰ ਕੁਛ ਵੀ ਮੰਗੋਗੇ ਤਾਂ ਤੁਹਾਨੂੰ ਉਹ ਪਿਤਾ ਦੇਵੇਗਾ, ਕਿਉਂਕਿ ਬਾਪ ਤੁਹਾਨੂੰ ਪਿਆਰ ਕਰਦਾ ਹੈ, ਕਿਉਂਕਿ ਤੁਸੀਂ ਮੈਨੂੰ ਪਿਆਰ ਕੀਤਾ ਹੈ। ਜਿਹੜਾ ਇਨਸਾਨ ਪ੍ਰਭੂ ਯੇਸ਼ੂ ਮਸੀਹ ਨੂੰ ਪਿਆਰ ਕਰਦਾ ਹੈ ਉਹ ਸਵਰਗੀ ਬਾਪ ਨੂੰ ਪਿਆਰ ਕਰਦਾ ਹੈ। ਅਤੇ ਜੇ ਜਿਹੜਾ ਇਨਸਾਨ ਪ੍ਰਭੂ ਯੇਸ਼ੂ ਮਸੀਹ ਨੂੰ ਪਿਆਰ ਕਰੇਗਾ, ਬਾਪ ਉਸ ਨੂੰ ਪ੍ਰਭੂ ਯੇਸ਼ੂ ਮਸੀਹ ਦੇ ਨਾਂ 'ਤੇ ਸਭ ਕੁਛ ਦੇਣ ਦੇ ਲਈ ਤਿਆਰ ਹੈ। ਉਹ ਪਰਮੇਸ਼ਰ ਸਾਡੀ ਖੁਸ਼ੀ ਨੂੰ ਪੂਰੀਆਂ ਕਰਨ ਦੇ ਲਈ ਤਿਆਰ ਹੈ। ਪਰ ਅਸੀਂ ਮੰਗਦੇ ਨਹੀਂ ਹਾਂ, ਵਿਸ਼ਵਾਸ ਨਹੀਂ ਕਰਦੇ ਹਾਂ, ਸਾਡੇ ਵਿੱਚ ਕਮਜ਼ੋਰੀਆਂ ਹਨ, ਸਾਡੇ ਵਿੱਚ ਪਾਪ ਹੈ, ਸਾਡੇ ਵਿੱਚ ਗੁਨਾਹ ਆ ਜਾਂਦਾ ਹੈ ਅਤੇ ਅਸੀਂ ਉਸ ਗੁਨਾਹਾਂ ਦੇ ਕਾਰਨ ਉਸ ਪਿਆਰ ਤੋਂ ਦੂਰ ਹੋ ਜਾਂਦੇ ਹਾਂ ਜੋ ਪਰਮੇਸ਼ਰ ਨੇ ਸਾਨੂੰ ਪਿਆਰ ਕੀਤਾ ਹੈ। ਅਤੇ ਪ੍ਰਭੂ ਯੇਸ਼ੂ ਮਸੀਹ ਅੱਗੇ ਵਚਨ ਵਿੱਚ ਕਹਿੰਦੇ ਹਨ ਕਿ ਜੇਕਰ ਤੁਸੀਂ ਮੈਨੂੰ ਪਿਆਰ ਕੀਤਾ ਹੈ ਅਤੇ ਇਹ ਮੰਨ ਲਿਆ ਹੈ ਕਿ ਮੈਂ ਬਾਪ ਕੋਲੋਂ ਆਇਆ ਹਾਂ, ਕਿਉਂਕਿ ਮੈਂ ਬਾਪ ਕੋਲੋਂ ਆਇਆ ਹਾਂ। ਪ੍ਰਭੂ ਯੇਸ਼ੂ ਮਸੀਹ ਕਹਿੰਦੇ ਹਨ ਕਿ ਜਿਹੜਾ ਇਹ ਮੰਨ ਲੈਂਦਾ ਹੈ ਕਿ ਮੈਂ ਪਿਤਾ ਦੇ ਕੋਲੋਂ ਆਇਆ ਹਾਂ ਉਸ ਨੂੰ ਸਭ ਕੁਛ ਮਿਲੇਗਾ, ਉਸਦਾ ਜੀਵਨ ਬਚਾਇਆ ਜਾਵੇਗਾ, ਉਸਨੂੰ ਅਨੰਤ ਜੀਵਨ ਮਿਲੇਗਾ। ਅਤੇ ਪ੍ਰਭੂ ਯੇਸ਼ੂ ਮਸੀਹ ਜਿਸ ਤਰ੍ਹਾਂ ਵਚਨ ਵਿੱਚ ਕਹਿੰਦੇ ਹਨ ਕਿ ਜੇਕਰ ਤੁਸੀਂ ਤੁਹਾਡੇ ਪਰਿਵਾਰ ਦੇ ਵਿੱਚੋਂ ਇੱਕ ਜਣਾ ਵੀ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਤੁਹਾਡਾ ਸਾਰਾ ਹੀ ਪਰਿਵਾਰ ਬਚਾਇਆ ਜਾਵੇਗਾ, ਤੁਹਾਡਾ ਸਾਰਾ ਹੀ ਪਰਿਵਾਰ ਮੁਕਤੀ ਪਾਵੇਗਾ। ਸਾਡੇ ਪਰਿਵਾਰ ਦੇ ਵਿੱਚੋਂ ਸਾਨੂੰ ਜ਼ਰੂਰਤ ਹੈ ਉਸ ਖੁਦਾ ਦੇ ਉੱਤੇ ਵਿਸ਼ਵਾਸ ਕਰਨ ਦੀ, ਉਸ ਪਰਮੇਸ਼ਰ ਦੇ ਨਾਲ ਪਿਆਰ ਕਰਨ ਦੀ। ਪ੍ਰਭੂ ਯੇਸ਼ੂ ਮਸੀਹ ਵਚਨ ਵਿੱਚ ਕਹਿੰਦੇ ਹਨ ਸੰਤ ਯੋਹੰਨਾ ਦੀ ਅੰਜੀਲ ਦਾ 15 ਬਾਪ ਦੇ ਵਿੱਚ ਕਿ ਮੈਂ ਸੱਚੀ ਅੰਗੂਰ ਦੀ ਵੇਲ ਹਾਂ ਅਤੇ ਤੁਸੀਂ ਮੇਰੀਆਂ ਟਾਹਣੀਆਂ ਹੋ।
अते जेड़ी मेरी जेड़ी टाणी मेरे विच रहिंदी है वो फल पैदा करती है अते वो मेरे विच बनी रहिंदी है अते मैं उस विच बणिया रहिंदा हां। सानू जरूरत है कि असी परमेश्वर दे प्यार दे विच बणे रहना, सानू जरूरत है कि उस खुदा नू सच्चे दिलों प्यार करना जो सानू कदे भी धोखा नहीं देवेगा, साढ़े नाल कदे भी नाराज नहीं होवेगा। जिस तरह प्रभु यीशु मसीह कहते हैं कि तुसी मैनू त्याग देवो पर मैं तुहानू कदे भी नहीं त्यागागा। सो आओ असी अज दे वचन दे मुताबिक जो प्रभु यीशु मसीह सानू अज दे वचन विच सिखाउणा चाहुंदे हन आओ असी मन चिंतन करिए अते उस खुदा ने प्यार नू जानिए। बाप अते बेटे अते रूह पाक दे नाम उत्ते आमीन। सारे